ਪਰ ਜਿਹੜਾ ਆਟਾ ਹੈ ਉਹ ਨਿੱਕੇ ਨਿੱਕੇ ਬੱਚੇ ਵੀ ਖਾਏ ਕਰਦੇ ਪੂਰੀ ਛਾਤੀ ਖਰਾਬ ਹੋਏ ਕਰਦੀ ਹੈ ਕੜੀ ਰੇਤ ਆ ਕੀ ਹੋਏ ਕਰਦਾ ਪਿੱਛੂ ਆਏ ਕਰਦਾ ਤੂੰ ਮਲਾਈ ਕੇ ਕਰਨਾ ਲੋਕਾਂ ਦਾ ਬੇੜਾ ਗਰਕ ਗਰਕ ਹੋਈ ਹੈ ਮੈਂ ਇਹ ਗੱਲ ਆਖਦੀ ਹਾਂ ਵੀ ਸੁਧਰੀ ਆਓ ਬਜ਼ਾਰੇ ਪਿੱਛੇ ਜਾ ਦਿੰਦੇ ਗਰੀਬੇ ਦੀ ਕੋਈ ਸੁਣਾਈ ਨਹੀਂ ਹੈ ਮੈਂ ਇਹ ਗੱਲ ਆਖਦੀ ਹਾਂ ਵੀ ਆਟੇ ਠੀਕ ਕਰੋ ਬੱਚੇ ਬਿਮਾਰ ਹੋਈਏ ਨੇ ਉਹ ਹਸਪੀਟਲ ਦੇਖੋ ਜਾ ਕੇ ਬੱਚੇ ਬੁਰੀ ਹਾਲਤ ਹੈ ਬਜ਼ੁਰਗ ਵੀ ਬੇਚਾਰੇ ਆਟਾ ਜਿਹੜਾ ਖਾਏ ਕਰਦੇ ਨੇ ਡੀਪੂ ਦਾ ਉਪਰਾ ਡੀਪੂ ਵਾਲੇ ਚਾਰ ਪੰਜ ਮੈਂ ਮਿਲੀ ਹਾਂ ਵੀ ਇਹ ਕੀ ਮਸਲਾ ਉਹ ਕਹਿੰਦੇ ਪਿੱਛੂ ਆਏ ਕਰਦਾ ਪ੍ਰੈਸ ਕਾਨਫਰੰਸ ਸਰ ਇਹ ਹੈ ਵੀ ਕਮ ਸੇ ਕਮ ਆਟਾ ਜਿਹੜਾ ਡੀਪੂ ਪਰਾਏ ਕਰਦਾ ਉਹ ਛੜੀ ਰੇਤ ਆਏ ਕਰਦੀ ਹੈ ਵਿੱਚ ਛੜੀ ਕੇਅਰ ਹੈ ਬੱਚੇ ਜਿਹੜੇ ਬਿਮਾਰ ਹੋਈਏ ਬਜ਼ੁਰਗ ਵਿਚਾਰੇ ਬਿਮਾਰ ਹੋਈਏ ਮੈਂ ਫੂਡ ਸਪਲਾਈ ਦੇ ਡਾਇਰੈਕਟਰੀ ਇਹ ਗੱਲ ਕਹਿਣੀ ਚਾਹੁੰਦੀ ਹਾਂ ਵੀ ਇਹ ਜਿਹੜੀ ਆਟਾ ਹੈ ਇਹ ਆਟੇ ਉੱਪਰ ਕੰਟਰੋਲ ਕਰੋ ਔਰ ਆਟਾ ਜੇ ਦੇਣਾ ਗਰੀਬ ਲੋਕਾਂ ਨੂੰ ਤਾਂ ਕਮ ਸੇ ਕਮ ਸਹੀ ਦਿਓ ਅਗਰ ਨਹੀਂ ਦੇਣਾ ਗਰੀਬ ਲੋਕਾਂ ਨੂੰ ਤਾਂ ਫਿਰ ਤੁਸੀਂ ਇਹ ਨਹੀਂ ਕਰੋ ਭਈ ਬੰਦ ਹੀ ਕਰ ਛੱਡੋ ਅਗਰ ਨਹੀਂ ਕਰਨਾ ਦੇਣਾ ਤਾਂ ਬੰਦ ਕਰ ਛੱਡੋ ਇਹ ਗਰੀਬ ਲੋਕਾਂ ਹੀ ਖਾਲੀ ਇਹ ਬੇਵਕੂਫ ਬਣਾ ਦੇਣ ਗਰੀਬੇ ਆਸਾ ਕੁਛ ਨਹੀਂ ਹੈ ਸਰ ਖਾਸ ਕਰੀਏ ਮੈਂ ਇਹੀ ਗੱਲ ਆਖਣੀ ਹੈ ਡੀਂਗੂ ਖੰਡ ਨਹੀਂ ਹੈ ਫੂਡ ਸਪਲਾਈ ਦੇ ਡਾਇਰੈਕਟਰੀ ਆਖਣੇ ਚਾਹੁੰਦੀ ਹੈ ਖੰਡ ਨਹੀਂ ਮਿੱਟੀ ਦਾ ਤੇਲ ਨਹੀਂ ਔਰ ਦੇਖੋ ਸਾਡੀ ਸਰਕਾਰ ਹੀ ਉਹਲੇ ਨੈਸ਼ਨਲ ਕਾਨਫਰੰਸ ਦੀ ਅਤੇ ਕਾਂਗਰਸ ਦੀ ਔਰ ਹਰ ਇੱਕ ਚੀਜ਼ ਆਉਂਦੀ ਸੀ ਦੋ ਦੋ ਤਰੇ ਤਰੇ ਗੱਡੀਆਂ ਤੇਲ ਆਉਂਦਾ ਸੀ ਹਰ ਮਹੀਨੇ 'ਚ ਤੇਲ ਆਉਂਦਾ ਸੀ ਖੰਡ ਨਹੀਂ ਹੈ ਤੇਲ ਨਹੀਂ ਹੈ ਔਰ ਮੈਂ ਇਹ ਕਮਿਸ਼ਨਰ ਸੈਕਟਰੀ ਕਹਿਣੇ ਚਾਹੁੰਦੀ ਹਾਂ ਵੀ ਇਹਦੇ ਪਰ ਗੌਰ ਕਰੋ ਔਰ ਗਰੀਬ ਲੋਕਾਂ ਤੱਕ ਜਿਹੜੀ ਹੈ ਚੀਜ਼ ਪਹੁੰਚਾਓ ਮੋਦੀ ਸਾਹਿਬ ਤਾਂ ਹਰ ਇੱਕ ਚੀਜ਼ ਪਹੁੰਚਾਏ ਕਰਦੇ ਨੇ ਲੇਕਿਨ ਅੱਗੇ ਤੱਕ ਗਰੀਬ ਤੱਕ ਖਾਸ ਕਰੀਏ ਮੈਂ ਮੋਦੀ ਅਪੀਲ ਕਰਾਂਗੀ ਵੀ ਗਰੀਬ ਤੱਕ ਅੱਗੇ ਕੋਈ ਚੀਜ਼ ਨਹੀਂ ਪੁੱਜੇ ਕਰਦੀ ਤੂੰ ਜਿੰਨੀਆਂ ਮਰਜ਼ੀ ਯੋਜਨਾ ਬਣਾ ਜਿੰਨੀ ਮਰਜ਼ੀ ਗਰੀਬੇ ਆਸਾ ਕਰ ਲੇਕਿਨ ਗਰੀਬੇ ਦੇ ਘਰ ਤੱਕ ਕੁਛ ਨਹੀਂ ਪੁੱਜੇ ਕਰਦਾ ਖਾਸ ਕਰੀਏ ਮੈਂ ਇਹ ਗੱਲ ਆਖਣੀ ਹਾਂ ਜਦੋਂ ਮੈਂ ਕਾਰਪੋਰੇਟ ਰਹੀ ਅਤੇ ਤੂੰ ਆ ਮਰਾਂਦੀ ਸੀ ਮਿਊਂਸਪੈਲਿਟੀ ਖਾਸ ਕਰੀਏ ਮੇਅਰ ਸਾਹਿਬ ਹੀ ਔਰ ਕਮਿਸ਼ਨਰ ਕਹਿਣੇ ਚਾਹੁੰਦੀ ਹਾਂ ਭਈ ਡੇਂਗੂ ਇੰਨਾ ਫੈਲ ਚੁੱਕਿਆ ਤਿੰਨ ਚਾਰ ਕੇਸ ਜਿਹੜੇ ਮੇਰੇ ਮੁਹੱਲੇ 'ਚ ਨਿਕਲੀ ਪਏ ਨੇ ਖਾਸ ਕਰੀਏ ਮੈਂ ਇਹ ਗੱਲ ਕਹਿਣੀ ਹਾਂ ਭਈ ਤੂੰ ਆਦੇ ਮਰਾਓ ਨਹੀਂ ਤਾਂ ਮਿਗੀ ਆਪੂ ਇਹ ਕਦਮ ਚੁੱਕਣੇ ਪਏਗਾ ਰੋਡ ਬਲਾਕ ਕਰਨੇ ਪਏਗਾ ਮਿਊਂਸਪੈਲਿਟੀ ਦੇ ਖਿਲਾਫ਼ ਔਰ ਇਹ ਫੂਡ ਸਪਲਾਈ ਦੇ ਖਿਲਾਫ਼ ਜਿਹੜਾ ਇਹ ਕਦਮ ਚੁੱਕਿਆ ਮੈਂ ਔਰ ਗਰੀਬ ਲੋਕ ਜਿਹੜੇ ਮੇਰੇ ਨਾਲ ਨੇ ਤਾਂ ਮਿਗੀ ਕੋਈ ਖਤਰਾ ਨਹੀਂ ਹੈ ਲੀਡਰੀ ਕਰਨੇ ਦਾ ਲੀਡਰੀ ਵੀ ਨਹੀਂ ਕਰੇ ਕਰਨੀ ਗਰੀਬਾਂ ਦੀ ਸੇਵਾ ਕਰੇ ਕਰਨੀ ਹੈ ਮੈਂ